ਸਾਰਿਆਂ ਨੂੰ ਆ ਸਾਡੇ ਨਾਲ ਨੇ ਹਰਪ੍ਰੀਤ ਕੌਰ ਜੋ ਬਿਲੋਂਗ ਕਰਦੇ ਨੇ ਲੁਧਿਆਣਾ ਤੋਂ ਜਿਨ੍ਹਾਂ ਦਾ ਪਾਸਪੋਰਟ ਸਟੈਂਪ ਹੋ ਕੇ ਆ ਗਿਆ ਸਭ ਤੋਂ ਪਹਿਲਾਂ ਇਹਨਾਂ ਨੂੰ ਵੀਜ਼ਾ ਹੈਂਡ ਓਵਰ ਕਰਦੇ ਹਾਂ ਕੰਗ੍ਰੈਚੁਲੇਸ਼ਨ ਹਰਪ੍ਰੀਤ ਥੈਂਕ ਯੂ ਮੈਮ ਹਰਪ੍ਰੀਤ ਵੀਜ਼ਾ ਆ ਗਿਆ ਅੱਜ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਓਵਰਆਲ ਐਕਸਪੀਰੀਅੰਸ ਬਹੁਤ ਵਧੀਆ ਸੀ ਲੁਧਿਆਣਾ ਬ੍ਰਾਂਚ ਤੋਂ ਅਪਲਾਈ ਕੀਤਾ ਸੀ ਸਿਮਰ ਸਰ ਸੀ ਮੇਰੇ ਕਾਉਂਸਲਰ ਐਂਡ ਉਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਮੈਨੂੰ ਓਕੇ ਹਰਪ੍ਰੀਤ ਲੈਂਡਮਾਰਕ ਬਾਰੇ ਕਿਵੇਂ ਪਤਾ ਚੱਲਿਆ ਸੀ ਤੁਹਾਨੂੰ ਪਹਿਲਾਂ ਮੇਰੀ ਵੱਡੀ ਸਿਸਟਰ ਦਾ ਵੀਜ਼ਾ ਵੀ ਇੱਥੋਂ ਹੀ ਲੱਗਿਆ ਸੀ ਸਟੱਡੀ ਵੀਜ਼ਾ ਐਂਡ ਬਾਥਰੂਮ ਮੇਰਾ ਐਂਡ ਮੇਰੇ ਪੇਰੈਂਟਸ ਦਾ ਵਿਜ਼ਟਰ ਵੀਜ਼ਾ ਵੀ ਲੈਂਡਮਾਰਕ ਤੋਂ ਹੀ ਲੱਗਿਆ ਓਕੇ ਅਤੇ ਹੁਣ ਤਾਂ ਮੈਨੂੰ ਪਤਾ ਸੀ ਇੱਥੇ ਹੀ ਆਏ ਪੂਰਾ ਟਰੱਸਟ ਸੀ ਪਹਿਲਾਂ ਤੋਂ ਹੀ ਸਾਨੂੰ ਲੈਂਡਮਾਰਕ 'ਤੇ ਅਤੇ ਖੁਸ਼ ਹੋ ਅੱਜ ਹਾਂਜੀ ਸਭ ਦਾ ਵੀਜ਼ਾ ਲੱਗ ਗਿਆ ਹੈ ਨਾ ਹਾਂਜੀ ਲੈਂਡਮਾਰਕ ਤੋਂ ਹਾਂਜੀ ਠੀਕ ਹੈ ਅਤੇ ਹਰਪ੍ਰੀਤ ਤੁਹਾਡੀ ਇੰਡੀਆ 'ਤੇ ਸਟੱਡੀ ਕੀ ਸੀ ਮੈਂ ਟਵੈਲਥ ਕੀਤੀ ਸੀ 2020 ਦੇ ਵਿੱਚ ਐਂਡ 70% ਮਾਰਕਸ ਸੀ ਮੇਰੇ ਐਂਡ ਆਈਲਸ 6.5 ਸੀ ਨੋਟ ਲੈਸ ਦੈਨ 6 ਓਕੇ ਔਰ ਉਸ ਤੋਂ ਬਾਅਦ ਹੁਣ ਕਿਹੜੇ ਕਾਲਜ ਔਰ ਕੋਰਸ ਜਾ ਰਹੇ ਹੋ ਤੁਸੀਂ ਮੇਰਾ ਕਾਲਜ ਸੈਨਿਕਾ ਕਾਲਜ ਹੈ ਐਂਡ ਮੇਰਾ ਪ੍ਰੋਗਰਾਮ ਅਰਲੀ ਚਾਈਲਡਹੁੱਡ ਐਜੂਕੇਸ਼ਨ ਹਰਪ੍ਰੀਤ ਸਾਡੇ ਵਿਊਅਰਸ ਦੇਖ ਰਹੇ ਨੇ ਜਿਵੇਂ ਤੁਹਾਡੀ ਫੈਮਿਲੀ ਦਾ ਵੀਜ਼ਾ ਪੇਰੈਂਟਸ ਦਾ ਵੀਜ਼ਾ ਠੀਕ ਹੈ ਤੁਹਾਡੇ ਸਿਸਟਰ ਦਾ ਵੀਜ਼ਾ ਅੱਜ ਤੁਹਾਡਾ ਵੀ ਵੀਜ਼ਾ ਤੁਹਾਡੇ ਹੱਥ 'ਚ ਹੈ ਠੀਕ ਹੈ ਲੈਂਡਮਾਰਕ ਦੇ ਥਰੂ ਲੱਗਿਆ ਤਾਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਵਿਊਅਰਸ ਨੂੰ ਮੈਂ ਇਹ ਕਹਿਣਾ ਚਾਹੂੰਗੀ ਕਿ ਲੈਂਡਮਾਰਕ ਬਹੁਤ ਜੈਨੂਇਨ ਹੈ ਟਰਾਂਸਪੇਰੈਂਟ ਨੇ ਸੋ ਇਹ ਕਦੇ ਵੀ ਕੋਈ ਗਲਤ ਕੋਈ ਗਲਤ ਡਾਕੂਮੈਂਟ ਨਹੀਂ ਲਵਾਂ ਅਤੇ ਹਮੇਸ਼ਾ ਸਹੀ ਤਰੀਕੇ ਨਾਲ ਹੀ ਫਾਈਲਿੰਗ ਕਰਦੇ ਨੇ ਸੋ ਸਾਰਿਆਂ ਨੂੰ ਵਿਜ਼ਿਟ ਕਰਨਾ ਚਾਹੀਦਾ ਓਕੇ ਜਿਵੇਂ ਹਰਪ੍ਰੀਤ ਨੇ ਦੱਸਿਆ ਕਿ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਦਾ ਵਿਜ਼ਟਰ ਵੀਜ਼ਾ ਵੀ ਲੈਂਡਮਾਰਕ ਤੋਂ ਲੱਗਿਆ ਅਤੇ ਉਹਨਾਂ ਦੀ ਸਿਸਟਰ ਦਾ ਵੀਜ਼ਾ ਵੀ ਲੈਂਡਮਾਰਕ ਤੋਂ ਅੱਜ ਉਹਨਾਂ ਦਾ ਜਿਹੜਾ ਆਪਣਾ ਵੀਜ਼ਾ ਹੈ ਬਾਹਰ ਜਾਣ ਦਾ ਸੁਪਨਾ ਉਹਨਾਂ ਦਾ ਪਾਸਪੋਰਟ ਉਹਨਾਂ ਦੇ ਹੱਥ 'ਚ ਸਟੈਂਪ ਪਾਸਪੋਰਟ ਅਤੇ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਵੀ ਵੀਜ਼ਾ ਆਵੇ ਕੋਈ ਵੀ ਪ੍ਰੋਬਲਮ ਤੋਂ ਬਿਨਾਂ ਕੋਈ ਵੀ ਡਾਊਟ ਹੈ ਤਾਂ ਤੁਸੀਂ ਸਾਡੇ ਕਿਸੇ ਵੀ ਨਜ਼ਦੀਕੀ ਬ੍ਰਾਂਚ ਪਹਿਲਾਂ ਵਿਜ਼ਿਟ ਕਰੋ ਜਿਵੇਂ ਹਰਪ੍ਰੀਤ ਨੇ ਲੁਧਿਆਣਾ ਬ੍ਰਾਂਚ ਵਿਜ਼ਿਟ ਕੀਤਾ ਅਤੇ ਆਪਣੇ ਡਾਊਟਸ ਨੂੰ ਕਲੀਅਰ ਕਰੋ ਅਤੇ ਆਪਣੇ ਬਾਹਰ ਜਾਣ ਦੇ ਸੁਪਨੇ ਨੂੰ ਪੂਰਾ ਕਰੋ ਥੈਂਕ ਯੂ ਸੋ ਮਚ